ਪੰਜਾਬੀ ਪ੍ਰਚਾਰ ਨਾਲ ਜੁੜੇ ਹਰ ਜੀ ਨੂੰ ਅਹਿਮਦ ਰਜ਼ਾ ਦਾ ਸਲਾਮ, ਸਤਿ ਸ਼੍ਰੀ ਅਕਾਲ ਔਰ ਨਮਸਕਾਰ। ਦੋਸਤੋ, ਅੱਜ ਦਾ ਦਿਨ ਸਾਡਾ ਸਾਰਾ ਗੁਜ਼ਰੇਗਾ ਲਾਹੌਰ ਤੋਂ ਦੂਰ ਜ਼ਿਲ੍ਹਾ ਸਿਆਲਕੋਟ ਦੇ ਕਸਬੇ ਗੱਖੜਵਾਲੀ, ਔਰ ਯਕੀਨਨ ਜਦੋਂ ਗੱਖੜਵਾਲੀ ਦਾ ਨਾਮ ਤੁਸੀਂ ਸੁਣਦੇ ਹੋ, ਮੈਂ ਸੁਣਦਾ ਹਾਂ, ਤਾਂ ਇੱਥੇ ਇੱਕ ਪੰਜਾਬੀ ਦਾ ਬੜਾ ਵੱਡਾ ਹਵਾਲਾ ਹੈ, ਜਿਨ੍ਹਾਂ ਦਾ ਪੰਜਾਬੀ ਦੇ ਨਾ ਸਿਰਫ ਫੋਕ ਅਦਬ ਬਲਕਿ ਜਿਹੜੀਆਂ ਲੋਕ ਕਹਾਣੀਆਂ ਹਨ, ਫੋਕ ਕਹਾਣੀਆਂ ਹਨ, ਉਹਨਾਂ 'ਤੇ ਇੱਕ ਬੜੀ ਵੱਡੀ ਤਹਿਕੀਕ ਹੈ ਔਰ ਉਹਨਾਂ ਦਾ ਇਸ 'ਤੇ ਬਹੁਤ ਵੱਡਾ ਕੰਮ ਹੈ। ਉਹ ਕੰਮ ਜੋ ਬਾਕੀ ਜ਼ਬਾਨਾਂ ਦੇ ਵਿੱਚ ਜਿਹੜੀਆਂ ਸਕਿੱਤੇ ਦੀਆਂ ਹਨ ਉਹਨਾਂ ਦੇ ਵਿੱਚ ਵੀ ਬੜਾ ਘੱਟ ਹੋਇਆ ਹੈ, ਲੇਕਿਨ ਪੰਜਾਬੀ ਦੇ ਵਿੱਚ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਦੋਸਤਾਂ ਨੇ ਇਸ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ। ਮੇਰੀ ਮੁਰਾਦ ਹੈ ਤਹਿਕੀਕ ਅਤੇ ਪੜਚੋਲ ਦਾ ਕੰਮ। ਬਾਜਵਾ ਸਾਹਿਬ, ਜਿੱਥੇ ਅੱਜ ਅਸੀਂ ਬੈਠੇ ਹਾਂ, ਇਹਨਾਂ ਦਾ ਤਹਿਕੀਕ ਔਰ ਪੜਚੋਲ 'ਤੇ ਬਹੁਤ ਵੱਡਾ ਕੰਮ ਹੈ, ਔਰ ਉਹਨਾਂ ਦੀ ਇੱਕ ਮਸ਼ਹੂਰ ਕਿਤਾਬ ਜਿਹੜੀ ਉਹਨਾਂ ਨੇ ਲਿਖੀ ਹੈ ਹੀਰ 'ਤੇ, ਉਹ ਯਕੀਨਨ ਤੁਸੀਂ ਪੜ੍ਹੀ ਹੋਏ, ਨਹੀਂ ਪੜ੍ਹੀ ਤਾਂ ਉਹ ਲਾਜ਼ਮੀ ਪੜ੍ਹਨ ਤੋਂ ਤਲਕ ਰੱਖਦੀ ਹੈ। ਅੱਜ ਸਾਡੇ ਇੱਥੇ ਆਉਣ ਦਾ ਮਕਸਦ ਹੀਰ ਦੇ ਬਲਕਿ ਹੀਰ ਰਾਂਝਾ ਦੇ ਮਸ਼ਹੂਰ ਜਿਹੜੀ ਸਟੋਰੀ ਹੈ ਉਹਦੇ ਨਾਲ ਜੁੜੇ ਹੋਏ, ਕਿਉਂਕਿ ਹੀਰ ਕਹਾਣੀ ਬਹੁਤ ਸਾਰੇ ਲੋਕਾਂ ਨੇ ਲਿਖੀ ਹੈ, ਦਰਜਨਾਂ ਲੋਕਾਂ ਨੇ ਲਿਖੀ ਹੈ। ਇਹ ਕਹਾਣੀ ਕਿਵੇਂ ਬਾਜਵਾ ਸਾਹਿਬ ਦੀ ਵੱਖ ਹੁੰਦੀ ਹੈ ਦੂਸਰੇ ਹੀਰ ਲਿਖਣ ਵਾਲਿਆਂ ਤੋਂ, ਔਰ ਖਾਸ ਕਰ ਸਾਡੇ ਕੋਲ ਇੱਕ ਵੱਡਾ ਹਵਾਲਾ ਜਿਹੜਾ ਹੀਰ ਦਾ ਹੈ ਉਹ ਸੈਯਦ ਵਾਰਿਸ ਸ਼ਾਹ ਸਾਹਿਬ ਦਾ ਹੈ, ਜਿਹੜੇ ਜੰਡਿਆਲਾ ਸ਼ੇਰ ਖਾਂ ਤੋਂ ਤਲਕ ਰੱਖਦੇ ਹਨ, ਜੋ ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ ਹੈ। ਅੱਜ ਅਸੀਂ ਉਹਨਾਂ ਨਾਲ ਡਿਸਕਸ ਕਰਾਂਗੇ ਕਿ ਉਹਨਾਂ ਦੇ ਕਿਰਦਾਰ ਔਰ ਹੀਰ ਦੇ ਕਿਰਦਾਰ, ਉਹਨਾਂ ਦੇ ਵਿੱਚ ਵੱਖ ਕਿਹੜੀ ਚੀਜ਼ ਹੈ ਔਰ ਇੱਕੋ ਕਿਹੜੀ ਚੀਜ਼ ਹੈ, ਇਹ ਜਾਣਦੇ ਹਾਂ ਇਹਸਾਨ ਬਾਜਵਾ ਸਾਹਿਬ ਤੋਂ। ਮੈਂ ਬੜਾ ਧੰਨਵਾਦੀ ਸ਼ੁਕਰਗੁਜ਼ਾਰ ਹਾਂ ਤੁਹਾਡਾ ਜਨਾਬ ਅਹਿਮਦ ਰਜ਼ਾ ਬੱਟੂ ਸਾਹਿਬ, ਕਿ ਤੁਸੀਂ ਲਾਹੌਰ ਤੋਂ ਪਿੰਡਾਂ ਕਰਦੇ ਹੋਏ ਇੰਨੀ ਗਰਮੀ ਦੇ ਵਿੱਚ ਇੱਥੇ ਮੇਰੇ ਪਿੰਡ ਗੱਖੜਵਾਲੀ ਅੱਪੜੇ। ਮੈਂ ਸਮਝਣਾ ਇਹ ਵੇਲੇ ਦੇ ਨਾਲ ਨਾਲ ਵੱਖ ਵੱਖ ਲਿਖਾਰੀਆਂ ਅਤੇ ਵੱਖ ਵੱਖ ਖੋਜਕਾਰਾਂ ਦੀਆਂ ਪਾਈਆਂ ਹੋਈਆਂ ਗੁੰਝਲਾਂ ਜਿਹੜੀਆਂ ਨੇ, ਇਹਨਾਂ ਨੂੰ ਇਹਨਾਂ ਦਾ ਜਿਹੜੀ ਇਹ ਗੋਰਖ ਧੰਦਾ ਹੈ ਇਹਦੀ ਇੱਕ ਇੱਕ ਤੰਦ ਵੱਖਰੀ ਕਰਨ ਦੀ ਜ਼ਰੂਰਤ ਹੈ। ਇਹਦੇ ਨਾਲ ਨਾ ਤਾਂ ਕੋਈ ਸ਼ਖਸੀਅਤ ਜਿਹੜੀ ਹੈ ਉਹਦੀ ਸ਼ਾਨ ਘਟਦੀ ਹੈ, ਬਲਕਿ ਮੈਂ ਸਮਝਣਾ ਕਿ ਹਰ ਚੀਜ਼ ਨੂੰ ਨਤਾਰਾ ਕਰਕੇ, ਜਿਵੇਂ ਛੱਜ ਵਿੱਚ ਪਾ ਕੇ ਦਾਣੇ ਛੱਟੇ ਜਾਂਦੇ ਨੇ, ਰੋੜ ਵੱਖਰੇ ਕੀਤੇ ਜਾਂਦੇ ਨੇ, ਉਹਦੇ 'ਚ ਹੋਰ ਕੋ ਮੰਮਣ ਛੰਮਣ ਜੋ ਵੀ ਹੁੰਦਾ ਵੱਖਰਾ ਕੀਤਾ ਜਾਂਦਾ, ਇਹ ਜ਼ਰੂਰੀ ਹੈ। ਹੀਰ ਦਾ ਕਿੱਸਾ ਜਿਹੜਾ ਇਹ ਸਦੀਆਂ ਤੋਂ ਲੋਕਾਂ ਦੇ ਮਨ ਪਰਚਾਵੇ ਦਾ ਬੜਾ ਵੱਡਾ ਕਾਰਨ ਬਣਿਆ ਰਿਹਾ। ਮੈਂ ਜਦੋਂ 8ਵੀਂ 'ਚ ਪੜ੍ਹਦਾ ਸਾਂ ਤਾਂ ਮੈਨੂੰ ਉਦੋਂ 8ਵੀਂ 'ਚ ਅੱਧੀ ਹੀਰ ਵਾਰਿਸ ਸ਼ਾਹ ਜ਼ਬਾਨੀ ਯਾਦ ਸੀ, ਔਰ ਲੋਕ ਬਹੁਤ ਮੇਰੇ ਵਾਲਦ ਸਾਹਿਬ ਹੀਰ ਦਾ ਬਹੁਤ ਹੀਰ ਵਾਰਿਸ ਸ਼ਾਹ ਬਹੁਤ ਸੋਹਣੀ ਗਾਉਂਦੇ ਸਨ ਜੀ। ਬਾਜਵਾ ਸਾਹਿਬ, ਯਕੀਨਨ ਤੁਸੀਂ ਹੀਰ ਪੜ੍ਹੀ ਔਰ ਹੀਰ ਦੇ ਸ਼ੇਰ ਤੁਹਾਡੇ ਅੰਦਰ ਵਸਦੇ ਰਹੇ, ਜਿਵੇਂ ਤੁਸੀਂ ਦੱਸਿਆ ਕਿ 8ਵੀਂ ਜਮਾਤ ਤੋਂ ਤੁਸੀਂ ਹੀਰ ਪੜ੍ਹਨਾ ਸ਼ੁਰੂ ਕਰ ਦਿੱਤੀ। ਤੁਹਾਨੂੰ ਆਪਣੀ ਹੀਰ ਲਿਖਣ ਦੀ ਜ਼ਰੂਰਤ ਇਹ ਕਦੋਂ ਮਹਿਸੂਸ ਹੁੰਦੀ ਹੈ, ਕਿਵੇਂ ਤੁਸੀਂ ਜਾਣਦੇ ਹੋ ਕਿ ਇਸ 'ਤੇ ਮੈਂ ਵੀ ਲਿਖਾਂ, ਉਹ ਕਿਹੜੀ ਸ਼ੈਅ ਹੈ ਜਿਹੜੀ ਤੁਹਾਨੂੰ ਇਸ ਵੱਲ ਉਭਾਰਦੀ, ਇਸ ਵੱਲ ਲੈ ਕੇ ਆਉਂਦੀ? ਹਾਂਜੀ, ਬਹੁਤ ਸੋਹਣਾ ਸਵਾਲ ਕੀਤਾ ਤੁਸੀਂ ਅਹਿਮਦ ਰਜ਼ਾ ਬੱਟੂ ਸਾਹਿਬ। ਇਸ ਗੱਲ ਦੀ ਜ਼ਰੂਰਤ ਸੀ, ਪ੍ਰੋਫੈਸਰ ਮੋਹਨ ਸਿੰਘ ਨੇ ਕਿਹਾ ਸੀ ਕਿ ਲਾਈ ਲੱਗ ਮੋਮਨ ਦੇ ਨਾਲੋਂ ਖੋਜੀ ਕਾਫਰ ਚੰਗਾ। ਤੋ ਮੈਂ ਵੇਖਿਆ ਕਿ ਜਿਹੜੇ ਹੀਰ ਦੇ ਕਰੈਕਟਰ ਸਨ, ਪਾਤਰ ਸਨ,
ਪਾਤਰਾਂ ਨੂੰ ਜਦੋਂ ਮੈਂ ਉਹਨਾਂ ਦੀ ਪਾਤਰ ਉਹਨਾਂ ਦਾ ਜਿਹੜੀ ਕਰਤ ਕਰਤੂਤ ਵਹਿੰਦਾ ਸਾਂ ਤਾਂ ਮੈਨੂੰ ਬੜਾ ਦੁੱਖ ਹੁੰਦਾ ਸੀ ਕਿ ਪੰਜਾਬ ਦੇ ਪਾਤਰ ਜਿਹੜੇ ਨੇ ਉਹ ਇੰਝ ਦੇ ਹੋ ਨਹੀਂ ਸਕਦੇ, ਪੰਜਾਬ ਦੇ ਲੋਕ ਇੰਝ ਦੇ ਹੋ ਨਹੀਂ ਸਕਦੇ ਜਿਵੇਂ ਦੇ ਹੀਰ ਵਾਰਿਸ ਸ਼ਾਹ ਵਿੱਚ ਪੇਂਟ ਕੀਤੇ ਗਏ ਨੇ। ਹੀਰ ਵਾਰਿਸ ਸ਼ਾਹ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਨੂੰ ਉਹਨਾਂ ਰਲਾ ਕਰਨ ਵਾਲੇ ਜਿਹੜੇ ਸਨ ਸਾਰੇ ਬੰਦੇ ਉਹਨਾਂ ਨੂੰ ਵੀ ਵਿੱਚ ਹੀ ਪਾਉਣਾ ਪਏਗਾ, ਜਿਨ੍ਹਾਂ ਦਾ ਪੂਰਾ ਕਲਾਮ ਜਿਹੜਾ ਉਹ ਜ਼ਾਹਿਦ ਇਕਬਾਲ ਨੇ ਹੀਰ ਵਾਰਿਸ ਸ਼ਾਹ ਵਿੱਚ ਮਿਲਾਵਟੀ ਸ਼ੇਰਾਂ ਦਾ ਤਜ਼ਕਰਾ, ਇਹ ਜਿਹੜੀ ਪੂਰੀ ਕਿਤਾਬ ਹੈ ਇਹ ਉਹ ਲੋਕਾਂ ਦੇ ਸ਼ੇਰ ਨੇ ਜਿਹੜੇ ਵੱਖ ਵੱਖ ਵੇਲਿਆਂ ਵਿੱਚ ਵੱਖ ਵੱਖ ਐਡੀਸ਼ਨਾਂ ਦੇ ਵਿੱਚ ਲੋਕਾਂ ਨੇ ਆਪਣੇ ਕੋਲੋਂ ਘੜ ਕੇ ਪਾਏ। ਔਰ ਜਦੋਂ ਅਸੀਂ ਇਹ ਸਾਰੀ ਜਿਹੜੀ ਕਿਤਾਬ ਹੈ ਇਹ ਤਕਰੀਬਨ ਕੋਈ 950 ਸਫ਼ੇ ਦੀ ਕਿਤਾਬ ਹੈ, ਆਪਾਂ 900 ਸਫ਼ੇ ਦੀ ਕਿਤਾਬ ਹੈ, ਇਹਨੂੰ ਵਹਿੰਦੇ ਹਾਂ ਅਤੇ ਇਹਦੇ ਵਿੱਚ ਉਹ ਬੜੇ ਬੜੇ ਮਸ਼ਹੂਰ ਸ਼ੇਰ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਵਾਰਿਸ ਸ਼ਾਹ ਵੀ ਬਹੁਤ ਮਸ਼ਹੂਰ ਹੋਏ, ਅਤੇ ਫਿਰ ਅਸੀਂ ਸਾਨੂੰ ਇਹ ਸ਼ੱਕ ਪੈ ਜਾਂਦਾ ਕਿ ਇਸ ਕਹਾਣੀ ਨੂੰ ਦੇ ਪਾਤਰਾਂ ਨੂੰ ਖਰਾਬ ਕਰਨ ਵਿੱਚ ਕਿਆ ਇਹਨਾਂ ਲੋਕਾਂ ਦਾ ਵੀ ਹਿੱਸਾ ਹੈ, ਹਾਂਜੀ। ਔਰ ਇਹ ਗੁੰਝਲਾਂ ਇੰਨੀਆਂ ਕੁ ਪਈਆਂ ਹੋਈਆਂ ਨੇ ਔਰ ਇਸ ਕਿੱਸੇ ਨੂੰ ਇੰਨਾ ਕੁ ਗੰਧਲਾ ਦਿੱਤਾ ਗਿਆ ਇਹਨਾਂ ਲੋਕਾਂ ਦੇ ਵਿੱਚ ਆਪਣੇ ਸ਼ੇਰ ਪਾ ਕੇ, ਅਤੇ ਉਹ ਅਸਲੀ ਅਤੇ ਨਕਲੀ ਦੀ ਪਛਾਣ ਮੁੱਕ ਗਈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਜ਼ਰੂਰਤ ਕਿਉਂ ਮਹਿਸੂਸ ਹੋਈ। ਜੀ ਜੀ, ਜ਼ਰੂਰਤ ਇਸ ਵਾਸਤੇ ਮੈਨੂੰ ਮਹਿਸੂਸ ਹੋਈ ਕਿ ਮੈਂ ਜਦੋਂ ਵੇਖਿਆ ਕਿ ਜਿਹੜਾ ਮਸਲ ਚੂਚਕ ਦਾ ਕਿਰਦਾਰ ਹੈ ਜਿਹੜਾ ਹੀਰ ਦਾ ਵਾਲਿਸ ਸੀ, ਉਹਦੇ 'ਚ ਹੀਰ ਵਾਰਿਸ ਸ਼ਾਹ ਦੇ ਕਿੱਸੇ 'ਚ ਲਿਖਿਆ ਕਿ ਜਦੋਂ ਉਹਨਾਂ ਹੀਰ ਜਿਹੜੀ ਹੈ ਮੰਗ ਦਿੱਤੀ ਔਰ ਹੀਰ ਦੀਆਂ ਔਰ ਰਾਂਝੇ ਦੀਆਂ ਜਿਹੜੀਆਂ ਕਰਤੂਤਾਂ ਸਨ ਮੁਖਤਲਿਫ ਵੱਖ ਵੱਖ ਤਰੀਕਿਆਂ ਨਾਲ ਲੋਕਾਂ ਰਾਹੀਂ ਔਰ ਕੈਦੋ ਲੰਗੇ ਰਾਹੀਂ, ਜਿਹਨੂੰ ਕੈਦੋ ਲੰਗਾ ਕਿਹਾ ਗਿਆ, ਉਹਦੇ ਰਾਹੀਂ ਚੁਮਾਰ ਚੂਚਕ ਤੱਕ ਆਪਣੀਆਂ, ਤਾਂ ਉਹਨਾਂ ਆਖਿਆ ਕਿ ਇਹਦਾ ਇੱਕੋ ਤਰੀਕਾ ਕਿ ਕੁੜੀ ਨੂੰ ਮੰਗ ਕੇ ਅਤੇ ਕਿਤੇ ਵਿਆਹ ਦਿੱਤਾ ਜਾਏ। ਉਹਨਾਂ ਕੁੜੀ ਦੀ ਮੰਗਣੀ ਜਿਹੜੀ ਹੈ ਉਹ ਰੰਗਪੁਰ ਖੇੜੇ ਵਿੱਚ ਸਜਦੇ ਖੇੜੇ ਨਾਲ ਕਰ ਦਿੱਤੀ। ਜਦੋਂ ਸਜਦੇ ਖੇੜੇ ਨਾਲ ਕਰ ਦਿੱਤੀ ਅਤੇ ਵਾਰਸ਼ਾ ਦੀ ਹੀਰ ਦੇ ਮੁਤਾਬਕ, ਵੱਲਾ ਆਲਮ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਉਹ ਕਿਸੇ ਹੋਰ ਦੇ ਰਲੇ ਵਾਲਿਆਂ ਲਿਖਿਆ ਜਾਂ ਵਾਰਿਸ ਸ਼ਾਹ ਨਾਲ ਮਨਸੂਬੇ ਦੇ ਬਾਰੇ 'ਚ ਕੋਈ ਵਜ਼ਾਹਤ ਨਹੀਂ ਕੀਤੀ ਜਾ ਸਕਦੀ। ਉਹਦੇ ਵਿੱਚ ਰਾਂਝਾ ਦੱਸਿਆ ਜਾਂਦਾ ਕਿ ਰਾਂਝਾ ਜਿਹੜਾ ਉਹ ਡੰਗਰ ਚਾਰਨ ਜਾਂਦਾ ਹੁੰਦਾ ਸੀ ਉਹਨਾਂ ਦੇ, ਔਰ ਉਹ ਚਾਕ ਬਣਿਆ ਅਤੇ 12 ਸਾਲ ਮੱਝਾਂ ਚਾਰਦਾ ਰਿਹਾ। ਮੇਰੇ ਕਿਸੇ ਦੇ ਮੁਤਾਬਕ ਇਹ ਬਿਲਕੁਲ ਹੋਰ ਗੱਲ ਹੈ, ਮੈਂ ਅੱਗੇ ਜਾ ਕੇ ਦੱਸਾਂਗਾ। ਉਹ ਰਾਂਝਾ ਨਾਰਾਜ਼ ਹੋ ਗਿਆ ਅਤੇ ਜਿਸ ਵੇਲੇ ਰਾਂਝਾ ਨਾਰਾਜ਼ ਹੋ ਗਿਆ ਅਤੇ ਉਹਦੇ ਤੋਂ ਬਾਅਦ ਰਾਂਝਾ ਜਿਹੜਾ ਮਤਲਬ ਉਹ ਮੀਆਂ ਬੀਵੀ ਸਲਾਹ ਕਰਦੇ ਨੇ, ਉਹਦੀ ਮਲਕੀ ਬੀਵੀ ਜਿਹੜੀ ਹੈ ਉਹ ਆਉਂਦੀ ਹੈ ਕਿ ਮੱਝਾਂ ਤਾਂ ਚੁਗਦੀਆਂ ਨੇ ਰਾਂਝੇ ਤੋਂ ਬਗੈਰ, ਅਤੇ ਬੜੀ ਪਰੇਸ਼ਾਨੀ ਬਣ ਗਈ ਹੈ, ਬੜੀ ਚਿੰਤਾ ਹੈ, ਅਤੇ ਕੋਈ ਖੁੱਭ ਜਾਂਦੀ ਹੈ, ਕੋਈ ਵਿਹਲੇ 'ਚ ਫਸ ਜਾਂਦੀ ਹੈ, ਕੋਈ ਪਰਾਂ ਟੁਰ ਜਾਂਦੀ ਹੈ ਦਰਿਆਓਂ, ਅਤੇ ਬੜਾ ਰੱਫੜ ਪੈ ਗਿਆ। ਅਤੇ ਚੂਚਕ ਉਹਨੂੰ ਆਉਂਦਾ ਕਿ ਮਤਲਬ ਇਹ ਵੇਖ ਕੇ ਕੋਈ ਗੱਲ ਨਹੀਂ, ਹਾਂਜੀ। ਔਰ ਉੱਥੇ ਜਿਹੜੇ ਚੂਚਕ ਦੇ ਫਿਕਰੇ ਹੀਰ ਵਾਰਿਸ ਸ਼ਾਹ 'ਚ ਲਿਖੇ ਹੋਏ ਨੇ ਉਹ ਪੰਜਾਬੀਆਂ ਵਾਸਤੇ ਮੈਂ ਸਮਝਣਾ ਬੜੇ ਹੀ ਸ਼ਰਮਨਾਕ ਫਿਕਰੇ ਨੇ। ਉੱਥੇ ਆਉਂਦੇ ਨੇ ਕਿ ਚੂਚਕ ਆਖਿਆ ਜਾ ਮਨਾ ਉਸ ਨੂੰ, 4 ਦਿਨ ਤਾਂ ਮੱਝੀ ਚਰਾ ਲਈਏ, ਸਾਡੀ ਧੀ ਦਾ ਕੁਝ ਨਾ ਲਾ ਲੈਂਦਾ, ਸੱਭਾ ਟਹਿਲ ਟਕੋਰ ਕਰਾ ਲਈਏ, ਜਦੋਂ ਧੀ ਡੋਲੀ ਵਿੱਚ ਪਾ ਦਈਏ ਰੁੱਸ ਪਏ ਜਵਾਬ ਮੁੜ ਚਾ ਦਈਏ, ਅਤੇ ਵਾਰਿਸ ਸ਼ਾਹ ਅਸੀਂ ਜੱਟ ਹਾਂ ਸਦਾ ਖੋਟੇ, ਕੋਈ ਜਟਕਾ ਫੰਦ ਹੀ ਲਾ ਲਈਏ। ਜਦੋਂ ਮੈਂ ਇਹ ਸੋਚਿਆ ਕਿ ਉਹ ਮਾਰ ਚੂਚਕ ਮਲਖਾਂ ਸਿਆਲ ਦਾ ਚਾਚਾ, ਕੋਈ 150 ਮਰਬੇ ਦਾ ਮਾਲਕ, ਉਹ ਇਸ ਤਰ੍ਹਾਂ ਦੀ ਗੱਲ ਕਿਵੇਂ ਕਰ ਸਕਦਾ? ਅੱਜ ਜੱਟ, ਅੱਜ ਜਿਹੜੇ ਇੱਕ ਮਰਲੇ ਦੇ ਵੀ ਜੱਟ ਨੇ, ਤੁਸੀਂ ਰੋਜ਼ ਕਚਹਿਰੀਆਂ 'ਚ, ਅਦਾਲਤਾਂ 'ਚ, TV ਚੈਨਲਾਂ 'ਤੇ ਵੇਖਦੇ ਹੋ ਕਿ ਗੈਰਤ ਦੇ ਨਾਂ ਦੇ ਉੱਤੇ ਲੋਕ ਧੀਆਂ ਨੂੰ ਮਾਰ ਛੱਡਦੇ ਨੇ ਕਿ ਉਹਨੇ ਮਰਜ਼ੀ ਨਾਲ ਵਿਆਹ ਕਰ ਲਿਆ।
ਔਰ ਜਿਸ ਤਰ੍ਹਾਂ ਦਾ ਹੀਰ ਦੇ ਕਿੱਸੇ ਵਿੱਚ ਜੋ ਜੋ ਹੀਰ ਕਰਦੀ ਰਹੀ ਉਹ ਸਾਰੇ ਜਾਣਦੇ, ਸਿਰੇ ਸਾਡੇ ਦਾਨਿਸ਼ਵਰ ਨੇ ਉਹ ਜਾਣਦੇ ਨੇ ਕਿ ਉਹ ਮਿੱਠੀ ਨੈਣ ਦੇ ਘਰ ਜਾ ਕੇ ਅਤੇ ਰਾਂਝੇ ਦੇ ਨਾਲ ਕੀ ਰਾਤ ਨੂੰ ਕਰਦੀ ਸੀ, ਉਹ ਦਰਿਆ ਵਿੱਚ ਡੁੱਬੀਆਂ ਲਾਉਂਦੀ ਸੀ, ਚੂੜੀ ਲੈ ਕੇ ਜਾਂਦੀ ਸੀ, ਇਹ ਸਾਰੀਆਂ ਗੱਲਾਂ ਜਿਹੜੀਆਂ ਹਨ ਨਾ ਜੀ, ਮੈਂ ਸਮਝਦਾ ਸਾਂ ਕਿ ਮੈਂ ਪੰਜਾਬ ਦੇ ਲੋਕ ਇੰਝ ਦੇ ਹੋ ਨਹੀਂ ਸਕਦੇ। ਇਹ ਸੀ ਬੁਨਿਆਦੀ ਤੌਰ 'ਤੇ ਮੇਰਾ ਨੁਕਤਾ ਕਿ ਪੰਜਾਬ ਦੇ ਲੋਕ ਇੰਝ ਦੇ ਬੇਗੈਰਤ ਹੋ ਨਹੀਂ ਸਕਦੇ ਜਿਵੇਂ ਦਾ ਪੇਂਟ ਕੀਤਾ ਗਿਆ। ਔਰ ਫਿਰ ਮੈਂ ਇਹ ਵੀ ਸੋਚਦਾ ਸਾਂ ਕਿ ਇਹ ਕਿਤਾਬਾਂ ਜਦੋਂ ਅੰਗਰੇਜ਼ੀ 'ਚ ਜਾਂ ਹੋਰ ਜ਼ਬਾਨਾਂ 'ਚ ਇਹਨਾਂ ਦਾ ਤਰਜਮਾ ਹੁੰਦਾ ਹੈ, ਅਤੇ ਜਦੋਂ ਤਰਜਮਾ ਹੁੰਦਾ ਕਿਸੇ ਵੀ ਜ਼ਬਾਨ ਦਾ ਤਾਂ ਉਹ ਜਿਹੜੇ ਲੋਕ ਨੇ ਉਹਨੂੰ ਉਹਦੇ ਵਿੱਚੋਂ ਉਹਦਾ ਨਿਚੋੜ ਕੱਢਦੇ ਨੇ ਕਿ ਇਸ ਕਹਾਣੀ ਕੀ ਹੈ, ਅਤੇ ਜਦੋਂ ਕਹਾਣੀ ਦੇ ਜਿਹੜੇ ਪਾਤਰ ਨੇ ਉਹਨਾਂ ਦੇ ਕਿਰਦਾਰ ਇੰਝ ਦੇ ਹੋਣ ਕਿ ਉਹ ਆਖਣ ਕਿ ਸਿਰਫ ਇੱਕ ਮੱਝਾਂ ਮੁਫਤ 'ਚ ਚਰਾਉਣ ਵਾਸਤੇ ਉਹ ਆਖਣ ਸਾਡੀ ਧੀ ਦਾ ਕੁਝ ਨਾ ਲਾਹ ਲੈਂਦਾ, ਇਹ ਚੀਜ਼ਾਂ ਮੇਰੇ ਅੰਦਰ ਜਿਹੜੇ ਮੇਰੇ ਤਾਂ ਥੌੜੇ ਬਣ ਬਣ ਵੱਜਦੀਆਂ ਸਨ। ਮੈਂ ਪੰਜਾਬ ਦਾ ਪੁੱਤਰ ਸਾਂ, ਜੱਟਾਂ ਦਾ ਮੁੰਡਾ ਸਾਂ, ਔਰ ਮੈਂ ਸਮਝਦਾ ਹਾਂ ਸਾਡੇ ਕਬੀਲੇ ਦੀ ਗੱਲ ਹੈ ਔਰ ਇਹ ਸਾਡੇ ਨਾਲ ਬਹੁਤ ਬੜੀ ਜ਼ਿਆਦਤੀ ਹੋਈ। ਇਹ ਸਾਰੀਆਂ ਚੀਜ਼ਾਂ ਜਦੋਂ ਮੈਂ ਅੱਗੇ ਲੈ ਕੇ ਤੁਰਿਆ ਅਤੇ ਮੈਨੂੰ ਜਦੋਂ ਤਾਲਬ ਬੁਖਾਰੀ ਸਾਹਿਬ, ਸੈਦ ਤਾਲਬ ਬੁਖਾਰੀ ਸਾਹਿਬ ਦਾ ਥੀਸਿਸ ਮਿਲਿਆ ਮਜੀਦ ਖਾਬਰ ਮੈਲਸੀ ਹੋਰਾਂ ਦੇ ਰਾਹੀਂ, ਅਤੇ ਮੇਰੇ 'ਤੇ ਸਾਰੀ ਗੱਲ ਕਲੀਅਰ ਹੋ ਗਈ ਕਿ ਉਹਦੇ ਮੁਤਾਬਕ ਕਰੈਕਟਰ ਤਾਂ ਸਾਰੇ ਉਹ ਹੀ ਨੇ, ਉਹਦੇ ਵਿੱਚ ਵੀ ਜਿਹੜਾ ਚੂਚਕ ਦਾ ਕਰੈਕਟਰ ਹੈ ਉਹ ਹੀ ਹੈ, ਲੇਕਿਨ ਉਹਦਾ ਚੂਚਕ ਬੜਾ ਇੱਜ਼ਤਦਾਰ ਹੈ। ਮੇਰੇ ਵਾਲੀ ਕਹਾਣੀ ਦਾ ਚੂਚਕ ਜਿਹੜਾ ਉਹ ਇੱਜ਼ਤਦਾਰ ਹੈ, ਉਹ ਕੁਰਸੀ ਨਸ਼ੀਨ ਹੈ ਬਹਿਲੋ ਲੋਧੀ ਦਾ, ਬੜਾ ਵੱਡਾ ਜਾਗੀਰਦਾਰ ਹੈ ਕੋਟਲੀ ਬਾਕਰ ਸ਼ਾਹ, 18,000 ਦੇ ਲਾਗੇ ਬੜੀ ਵੱਡੀ ਜਾਗੀਰ ਸੀ ਉਹਦੀ, ਔਰ ਉਹ ਉਸ ਵੇਲੇ ਕੁਰਸੀ ਨਸ਼ੀਨ ਸੀ, ਔਰ ਰਾਂਝੇ ਦਾ ਪਿਓ ਜਿਹੜਾ ਮੌਜਦਾਰ ਖਾਂ ਸੀ ਉਹ ਵੀ ਕੁਰਸੀ ਨਸ਼ੀਨ ਸੀ, ਔਰ ਇਹਨਾਂ ਦੀ ਆਪਸ 'ਚ ਇਸ ਨਿਸਬਤ ਨਾਲ ਸਾਂਝ ਸੀ, ਔਰ ਇਹਨਾਂ ਨੇ ਮਤਲਬ ਇਹ ਹੈ ਕਿ ਉਹ ਇਸੇ ਨਿਸਬਤ ਨਾਲ ਜਿਹੜਾ ਰਾਂਝੇ ਦਾ ਸਾਕ, ਰਾਂਝੇ ਲਈ ਸਾਕ ਮੰਗਿਆ ਇਹਨੇ ਆਪਣਾ ਮੌਜਦਾਰ ਖਾਂ ਨੇ, ਔਰ ਮਾਰ ਚੂਚਕ ਨੇ ਉਹਨੂੰ ਕਬੂਲ ਕੀਤਾ, ਔਰ ਉਹ ਵਿਆਹ ਹੋਇਆ ਨਿੱਕੇ ਹੁੰਦਿਆਂ ਨਿਕਾਹ ਹੋਇਆ, ਔਰ ਉਹ ਨਿਕਾਹ ਤੋਂ ਬਾਅਦ ਗੱਲ ਇੱਥੇ ਸੀ ਕਿ ਜਦੋਂ ਬੱਚੇ ਵੱਡੇ ਹੋਣਗੇ ਤਾਂ ਉਹਨਾਂ ਨੂੰ ਤੋੜ ਦਿੱਤਾ ਜਾਏਗਾ। ਕਿ ਇਹ ਤਾਂ ਉਹ ਕੰਪੈਰੀਜ਼ਨ ਹੈ ਜਿਹੜਾ ਤੁਸੀਂ ਦੇਖਦੇ ਹੋ ਕਿ ਵਾਰਿਸ ਸ਼ਾਹ ਸਾਹਿਬ ਨੇ ਕੀ ਉਹਦੇ ਵਿੱਚ ਦੇਖਿਆ, ਜਾਂ ਕਿ ਵਾਰਿਸ ਸ਼ਾਹ ਸਾਹਿਬ ਦੇ ਨਾਮ ਦੇ ਨਾਲ ਜਿਹੜੇ ਜੋੜਨ ਵਾਲੇ ਹੀਰ ਦੇ ਕਲਾਮ ਹੈ ਉਹਨਾਂ ਨੂੰ ਜੋੜੋ। ਹੁਣ ਮੇਰੀ ਜ਼ਾਤ ਨੂੰ ਅਜੇ ਤੱਕ ਇਹ ਕਨਫਰਮ ਨਹੀਂ ਹੈ ਕਿ ਕਿਹੜਾ ਕਲਾਮ ਵਾਰਿਸ ਸ਼ਾਹ ਦਾ ਹੈ ਕਿਹੜਾ ਦੂਸਰਾ ਹੈ, ਇਹ ਖੋਜ ਕਰਨ ਦੀ ਲੋੜ ਹੈ। ਲੇਕਿਨ ਇੱਕ ਸਵਾਲ ਇਸ ਤੋਂ ਪਹਿਲੇ ਇਹ ਹੈ ਕਿ ਕਿਆ ਦਮੋਦਰ ਦੀ ਜਿਹੜੀ ਹੀਰ ਹੈ ਉਸ ਦਾ ਜਿਹੜਾ ਕਰੈਕਟਰ ਹੈ ਹੀਰ ਦਾ ਔਰ ਸਾਰੇ ਕਰੈਕਟਰ ਹਨ, ਔਰ ਵਾਰਿਸ ਸ਼ਾਹ ਸਾਹਿਬ ਦੇ ਜਿਹੜੇ ਕਰੈਕਟਰ ਹਨ ਔਰ ਤੁਹਾਡੀ ਹੀਰ ਦੇ ਕਰੈਕਟਰ ਹਨ, ਇਹਨਾਂ ਤਿੰਨਾਂ ਦੇ ਵਿੱਚ ਸਾਂਝੀਆਂ ਚੀਜ਼ਾਂ ਕਿਹੜੀਆਂ ਆਉਂਦੀਆਂ ਹਨ, ਔਰ ਇਹਨਾਂ ਕਿਰਦਾਰਾਂ ਦਾ ਕਿੱਥੇ ਆ ਕੇ ਥੋੜ੍ਹਾ ਜਿਹਾ ਆ ਕੇ ਇਖਤਲਾਫ ਹੁੰਦਾ ਹੈ ਕਿ ਉਹ ਹੋਰ ਗੱਲ ਕਰਦੇ ਹਨ ਤੁਸੀਂ ਹੋਰ ਕੀਤੀ ਤੀਸਰਾ ਬੰਦਾ ਹੋਰ ਕਰੋ? ਹਾਂਜੀ ਬੱਟੂ ਸਾਹਿਬ, ਗੱਲ ਇਹ ਹੈ ਕਿ ਜਿਹੜੀ ਦਮੋਦਰ ਦੀ ਹੀਰ ਹੈ ਨਾ ਜੀ, ਜਿਹੜਾ ਪਹਿਲਾ ਕਿੱਸਾ ਪੰਜਾਬੀ 'ਚ ਲਿਖਿਆ ਗਿਆ ਹੈ ਜਿਹਦੇ 'ਚ ਉਹਨੇ ਇਹ ਵੀ ਤਕੀਆ ਕਲਾਮ ਵਰਤਿਆ ਕਿ ਆਖ ਦਮੋਦਰ ਅੱਖੀ ਡਿੱਠਾ, ਹਾਲਾਂਕਿ ਉਹ ਅੱਖੀ ਉਹਨੇ ਨਹੀਂ ਸੀ ਡਿੱਠਾ, ਉਹ ਵੀ ਤਕਰੀਬਨ ਕੋਈ 100-125 ਸਾਲ ਮਗਰੋਂ ਹੀ ਲਿਖਿਆ ਸੀ। ਉਸ ਵੇਲੇ ਇੱਕ ਗੱਲ ਜਿਹੜੀ ਸੀ ਨਾ ਇਕਤਦਾਰ ਦੀ, ਰਾਜ ਦੀ ਖੁੱਸਣ ਦੀ, ਉਹ ਵੀ ਇਲਜ਼ਾਮ ਲੱਗਦਾ ਦਮੋਦਰ 'ਤੇ, ਔਰ ਕਈ ਸਾਨੂੰ ਐਸੀਆਂ ਗਵਾਹੀਆਂ ਮਿਲਦੀਆਂ ਨੇ। ਮਸਲ ਮੈਨੂੰ ਦੱਸਿਆ ਖਾਨ ਮੰਗ ਪ੍ਰਵਾਣਾ ਸਾਹਿਬ ਨੇ ਜੰਗ ਤੋਂ, ਉਹਨਾਂ ਤਾਰੀਖੇ ਪ੍ਰਵਾਣਾ ਲਿਖੀ, ਫੌਤ ਹੋ ਗਏ ਨੇ, ਅੱਲਾ ਉਹਨਾਂ ਦੇ ਰਾਮਤ ਕਰੇ, ਗਰੀ ਕੇ ਰਾਮਤ ਕਰੇ। ਉਹਨਾਂ ਦੱਸਿਆ ਸੀ ਕਿ ਇਹ ਜਦੋਂ ਹੀਰ ਦਾ ਕਿੱਸਾ ਵਾਪਰਿਆ ਉਹਦੇ ਤੋਂ ਬਾਅਦ ਜਦੋਂ 1461 'ਚ ਹੀਰ ਪੈਦਾ ਹੋਈ ਸੀ, ਅਤੇ 1462 'ਚ ਮੱਲ ਖਾਂ ਨੇ
ਜਿਹੜਾ ਰਾਜ ਸੀ ਨਾ ਨਵਾਬੀ ਦਾ, ਉਹ ਖੋਹ ਕੇ ਜਿਹੜਾ ਸੀ ਵਲੀਦਾਦ ਨੌਲ ਉਹਦੇ ਕੋਲੋਂ, ਪਹਿਲਾਂ ਨੌਲ ਇੱਥੇ ਨਵਾਬ ਸਨ ਬਣਾਏ ਇਹਨਾਂ ਨੇ ਮੁਗਲੀਆ ਬਾਦਸ਼ਾਹਾਂ ਨੇ, ਬਹਿਲੌਲ ਲੁਧੀਆਂ ਨੇ, ਲੇਕਿਨ ਉਹ ਪਤਾ ਨਹੀਂ ਸਨ ਦਿੰਦੇ ਔਰ ਉਹਨਾਂ ਦੇ ਬਾਰੇ 'ਚ ਸ਼ਿਕਾਇਤਾਂ ਸਨ, ਔਰ ਉਹਨਾਂ ਨੇ ਕਿਹਾ ਇਹਨੂੰ ਮਾਰ ਚੂਚਕ ਨੂੰ ਕਿ ਇਹਨਾਂ ਕੋਲੋਂ ਹਕੂਮਤ ਜਿਹੜੀ ਹੈ ਨਾ ਇਹ ਤੁਸੀਂ ਖੋਹ ਲਓ ਔਰ ਅਸੀਂ ਇਹ ਤੁਹਾਨੂੰ ਅਖਤਿਆਰ ਦਿੰਦੇ ਹਾਂ ਪਤਾ ਇਕੱਠਾ ਕਰਨ ਦਾ। ਉਹਦੇ ਤੋਂ ਬਾਅਦ ਮਾਰ ਚੂਚਕ ਦਾ ਚੂਕੇ ਬੇਟਾ ਕੋ ਨਹੀਂ ਸੀ, ਇੱਕੋ ਧੀ ਸੀ ਇਹ ਜਿਹੜੀ ਹੀਰ ਹੈ, ਔਰ ਉਹ ਇੱਕੋ ਧੀ ਦੀ ਵਜ੍ਹਾ ਨਾਲ ਉਹਨੇ ਸੋਚਿਆ ਮੈਂ ਵਡੇਰਾ ਬੰਦਾ ਵੀ ਹਾਂ ਔਰ ਮੇਰੀ ਉਮਰ ਵੀ ਉਸ ਹਿੱਸੇ 'ਚ। ਉਹਨੇ ਆਪਣੇ ਭਤੀਜੇ ਨੂੰ ਪੱਥਰ ਖਾਂ ਦਾ ਪੁੱਤਰ ਜਿਹੜਾ ਸੀ ਮੱਲ ਖਾਂ ਸਿਆਲ ਉਹਨੂੰ ਕਿਹਾ ਕਿ ਉਹਨੇ ਆਖਿਆ ਕਿ ਯਾਰ ਇਹਨਾਂ 'ਤੇ ਕਬਜ਼ਾ ਕਰ ਲਓ, ਖੋਲ੍ਹੋ ਇਹਨਾਂ ਕੋਲ ਰਾਜ। ਉਹਨਾਂ 1462 'ਚ ਇਹਨਾਂ 'ਤੇ ਹਮਲਾ ਕੀਤਾ ਅਤੇ ਜਾ ਇਹਨਾਂ ਕੋਲੋਂ ਸਾਰਾ ਅਖਤਿਆਰ ਖੋਹ ਲਿਆ। ਇਹ ਵੀ ਇਲਜ਼ਾਮ ਉਹਦੇ 'ਤੇ ਲੱਗਦਾ ਦਮੋਦਰ ਦਾਸ ਦੇ ਕਿ ਨੌਲਾਂ ਨੇ ਬਾਕਾਇਦਾ ਪੈਸੇ ਦੇ ਕੇ ਦਮੋਦਰ ਨੂੰ ਸਿਆਲਾਂ ਦੀ ਬਿਜ਼ਤੀ ਕਰਨ ਵਾਸਤੇ ਇਹ ਕਿੱਸਾ ਲਿਖਵਾਇਆ ਗਿਆ ਸੀ। ਇਹਦੀਆਂ ਕਈ ਗਵਾਹੀਆਂ ਮੈਨੂੰ ਹੁਣ ਤੱਕ ਮਿਲੀਆਂ ਹਨ। ਚਲੋ ਇਹ ਦੂਜੀ ਗੱਲ ਹੈ। ਅੱਗੇ ਅਸੀਂ ਆਉਂਦੇ ਹਾਂ ਕਿ ਜਿਹੜੇ ਇਹਦੇ ਪਾਤਰ ਨੇ ਵੱਖਰੇ ਵੱਖਰੇ ਪਾਤਰ, ਅਤੇ ਬੁਨਿਆਦੀ ਤੌਰ 'ਤੇ ਸਾਰਿਆਂ ਕਿੱਸਿਆਂ ਦੇ ਉਹ ਹੀ ਨੇ ਜਿਹਦੇ 'ਚ ਮਲਕੀ ਹੈ, ਮਾਰ ਚੂਚਕ ਹੈ ਯਾਨੀ ਜਿਹੜਾ ਹੀਰ ਦਾ ਬਾਪ ਹੈ, ਹੀਰ ਹੈ, ਰਾਂਝਾ ਹੈ, ਮੌਜਦਾਰ ਖਾਂ ਹੈ, ਕਾਦਰ ਖਾਂ ਖੇੜਾ। ਇਹ 5 ਅਤੇ 6 ਜਿਹੜੇ ਬੁਨਿਆਦੀ ਕਰੈਕਟਰ ਨੇ, ਇਹਦੇ 'ਚ ਮੌਲਵੀ ਸ਼ਮਸੁਦੀਨ ਨੂੰ ਵੀ ਪਾ ਲਓ। ਅੱਛਾ, ਜਿਹਨੇ ਹੀਰ ਦਾ ਨਿਕਾਹ ਪੜ੍ਹਿਆ ਜਿਸ ਤਰ੍ਹਾਂ ਵਾਰਿਸ ਸ਼ਾਹ ਦੇ ਮੁਤਾਬਕ, ਤੋ ਇਹੀ ਕਰੈਕਟਰ ਨੇ। ਲੇਕਿਨ ਹੁਣ ਅਸੀਂ ਵੇਖਣਾ ਕਿ ਇਹਨਾਂ ਦੇ ਵਿੱਚ ਅਤੇ ਸਾਡਿਆਂ ਦੇ ਵਿੱਚ ਜੁੜਤ ਕੀ ਹੈ ਅਤੇ ਇੱਕ ਦੂਜੇ ਤੋਂ ਨਖੇੜ ਕਿੱਥੋਂ ਪੈਂਦਾ।